ਅੰਮ੍ਰਿਤਸਰ ਪੁਲਿਸ ਦੀਆਂ ਸਖਤ ਹਦਾਇਤਾਂ ਅਨੁਸਾਰ ਪੁਲਿਸ ਨੇ ਖਾਸ ਮੁਖਬਰੀ ਕਰਕੇ ਇੱਕ ਲਾਟਰੀ ਦੀ ਦੁਕਾਨ ਤੇ ਛਾਪੇਮਾਰੀ ਕਰਕੇ ਲਾਟਰੀ ਦੀ ਆੜ ਵਿੱਚ ਸੱਟਾ ਲਗਾਉਂਦੇ 4 ਦੋਸ਼ੀਆਂ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀਆਂ ਵੱਲੋਂ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ SS ਸ਼੍ਰੀ ਵਾਸਤਵਾ ਜੀ, ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਮੁਤਾਬਕ ਇਹ ਪਰਚੀ ਦੜਾ ਸੱਟਾ ਵਾਲਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਸੀ, ਇਹ ਸਾਨੂੰ ਇਤਲਾਹ ਮਿਲੀ ਸੀ ਕਿ ਲੱਕੀ ਜਿਹੜਾ ਕਿ ਇਹ ਸਰਗਨਾ ਆ, ਉਹ ਆਪਣੇ ਸਾਥੀਆਂ ਦੇ ਸਮੇਤ ਇੱਥੇ ਕ੍ਰਿਸ਼ਨਕੋਟ ਮੋੜ ਦੇ ਉੱਤੇ ਦੁਕਾਨ ਲੈ ਕੇ ਅਤੇ ਪਰਚੀ ਦੜਾ ਸੱਟਾ ਲਾਟਰੀ ਦੀ ਆੜ ਦੇ ਵਿੱਚ ਕਰ ਰਿਹਾ, ਜੋ ਸਰਕਾਰ ਨੂੰ ਵੀ ਚੂਨਾ ਲਾ ਰਿਹਾ ਅਤੇ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇ ਰਿਹਾ। ਇਸ ਇਤਲਾਹ ਦੇ ਉੱਤੇ ਅਸੀਂ ਉੱਥੇ ਰੇਡ ਕੀਤਾ, ਜਿੱਥੋਂ ਰਵਿੰਦਰ ਕੁਮਾਰ ਉਰਫ ਬਿੱਲਾ, ਕਮਲ ਕੁਮਾਰ ਪੁੱਤਰ ਰਮੇਸ਼ ਕੁਮਾਰ ਅਤੇ ਕਮਲ ਕੁਮਾਰ ਉਰਫ ਬੱਬਾ ਪੁੱਤਰ ਰਾਜ ਕੁਮਾਰ, ਇਹ ਤਿੰਨੇ ਇਸਲਾਮਾਬਾਦ ਦੇ ਨੇ, ਅਤੇ ਵਿਨੋਦ ਕੁਮਾਰ ਏਲੀਅਸ ਬੱਬਾ ਜਿਹੜਾ ਕਿ ਗੇਟ ਹਕੀਮਾ ਦਾ, ਇਹਨਾਂ ਨੂੰ ਅਸੀਂ ਉੱਥੋਂ ਸਮੇਤ ਪਰਚੀ ਦੜਾ ਸੱਟਾ ਲਾਉਂਦਿਆਂ ਨੂੰ ਉੱਥੋਂ ਦੁਕਾਨ 'ਚੋਂ ਕਾਬੂ ਕਰ ਲਿਆ। ਅਤੇ ਇਹਨਾਂ ਦੇ ਪਾਸੋਂ ਜਿਹੜਾ ਕੰਪਿਊਟਰ, ਸਾਰਾ ਸਮਾਨ ਕੰਪਿਊਟਰ ਦਾ ਬਰਾਮਦ ਕਰ ਲਿਆ, ਅਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 186 ਦਰਜ ਕੀਤਾ, ਅਤੇ ਇਹਨਾਂ ਦੇ ਪਾਸੋਂ 1400 ਰੁਪਈਆ ਨਗਦ ਵੀ ਬਰਾਮਦ ਕੀਤਾ, ਅਤੇ ਤਫਤੀਸ਼ ਅਸੀਂ ਕਰ ਰਹੇ ਹਾਂ, ਇਹ ਵੀ ਪਤਾ ਕਰ ਰਹੇ ਹਾਂ ਵੀ ਉਹ ਜਿਹੜੀ ਦੁਕਾਨ ਆ ਉਹ ਕਿਸ ਨੇ ਕਿਸ ਪਾਸੋਂ ਲਈ ਹੈ ਅਤੇ ਕਿਹਦੇ ਨਾਂ 'ਤੇ ਕਿਰਾਏਨਾਮਾ ਆ। ਅਤੇ ਹੋਰ ਵੀ ਇਹਨਾਂ ਦੇ ਜਿਹੜੇ ਸਾਥੀ ਨੇ, ਇਹਨਾਂ ਦੇ ਨਾਲ ਕੰਮ ਕਰ ਰਹੇ ਨੇ, ਉਹਨਾਂ ਦਾ ਵੀ ਪਤਾ ਲਾ ਰਹੇ ਹਾਂ। ਇਹਨਾਂ ਦੇ ਮੁਕੱਦਮੇ ਪਹਿਲਾਂ ਵੀ ਦਰਜ ਨੇ। ਪਬਲਿਕ ਨੂੰ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਲੋਕਾਂ ਨਾਲ ਠੱਗੀ ਕਰਦੇ ਨੇ, ਅਤੇ ਇਹ ਇਸ ਕੰਮ ਦੇ ਪਰਚੀ ਦੜਾ ਸੱਟਾ ਨਾ ਲਾਉਣ ਅਤੇ ਨਾ ਇਹਨਾਂ ਪਾਸ ਜਾਣ, ਇਹ ਧੋਖਾ ਕਰਦੇ ਨੇ, ਕਿਸੇ ਨੂੰ ਕੁਛ ਨਹੀਂ ਮਿਲਣਾ ਇਹਦੇ ਵਿੱਚੋਂ, ਅਤੇ ਲੋਕ ਬਰਬਾਦ ਹੋ ਰਹੇ ਨੇ।